ਅਸਲਾਮ ਵਾਲੇਕੁਮ ਜੀ ਦੋਸਤੋ, ਵੇਖੋ ਅਸੀਂ ਘਰ ਦੇ ਵਿੱਚ ਇਹ ਹੁਣ ਮਿਰਚਾਂ ਲਾਈਆਂ ਨੇ। ਇਹ ਵੇਖਿਆ ਜੇ ਮਿਰਚਾਂ ਲੱਗੀਆਂ, ਧਨੀਆ ਲੱਗੇ ਆ, ਇਹ ਬਾਕੀ ਵੀ ਸਬਜ਼ੀ ਸਾਰੀ ਜਿਹੜੀ ਮੌਸਮ ਦੀ ਹੈ, ਟਿੰਡੀਆਂ, ਕੱਦੂ, ਕਰੇਲੇ, ਇਹ ਸਾਰੇ ਲਾ ਛੜੇ ਨੇ। ਅਤੇ ਇਹ ਪੱਠੇ ਪਿਛਲੇ ਸਾਲ ਦੇ ਲੱਗੇ ਜੇ, ਅਤੇ ਮਾਸ਼ਾਅੱਲਾ ਵੇਖੋ ਤੁਸੀਂ ਫਲ ਲੱਗਦਾ। ਇਹ ਬੂਟੇ ਫਰੂਟ ਵਾਲੇ ਲਾਏ ਨੇ। ਇਸੇ ਤਰ੍ਹਾਂ ਹਰ ਬੰਦਾ ਕੋਸ਼ਿਸ਼ ਕਰੇ, ਅਗਰ ਉਹਦੇ ਵਿਹੜੇ ਵਿੱਚ ਥੋੜ੍ਹੀ ਜਿਹੀ ਜਗ੍ਹਾ ਹੈ ਤਾਂ ਉਹ ਆਪਣੇ ਥੋੜ੍ਹਾ ਥੋੜ੍ਹਾ ਸਿਲਸਿਲਾ ਜਿਹੜਾ ਇਸ ਖਾਣ ਪੀਣ ਦਾ ਉਹ ਘਰਾਂ 'ਚ ਲਾਏ, ਤਾਂ ਕਿ ਮਹਿੰਗਾਈ 'ਤੇ ਕੰਟਰੋਲ ਹੋਵੇ। ਅਗਰ ਹਰ ਬੰਦਾ ਡਿਮਾਂਡ ਜ਼ਿਆਦਾ ਹੈ ਤਾਂ ਫਸਲ ਥੋੜ੍ਹੀ ਹੈ, ਅਗਰ ਹਰ ਬੰਦਾ ਆਪਣੀ ਜ਼ਰੂਰਤ ਕੁਛ 6 ਮਹੀਨੇ ਦੀ ਵੀ ਘਰੋਂ ਪੂਰੀ ਕਰ ਲਏ ਅਤੇ ਤਾਂ ਵੀ ਕਾਫੀ ਫਰਕ ਪੈ ਜਾਂਦਾ। ਇਹ ਵੇਖੋ ਹੁਣ ਮੈਂ ਥੋਮ ਲਾਏ ਆ, ਇਹ ਵੇਖੋ ਮਾਸ਼ਾਅੱਲਾ ਕੱਦ ਦਾ ਥੋਮ, ਅਤੇ ਇਹ ਵੇਖੋ ਤੁਰੀ ਕਿੱਡੀ ਕਿੱਡੀ ਬਣੀ ਹੁਣ। ਇਹ ਵੇਖੋ ਇਹ ਆ ਰਹੇ ਨੇ, ਇਹ ਵੇਖੋ ਕਿਤਨਾ ਕਿਤਨਾ ਮੋਟਾ, ਇਹ ਮਾਸ਼ਾਅੱਲਾ ਠੀਕ ਠਾਕ ਇਹਨੇ ਜਿਹੜਾ ਨਾ, ਇਹ ਤਕਰੀਬਨ ਮਰਲਾ ਹੋਵੇ ਇਹਦਾ, ਇਹ ਜਿਹੜਾ ਅਸੀਂ ਆਪਣੇ ਘਰ ਦੇ ਚਲਾਏ ਆ, ਅਤੇ ਇਹਨੇ ਸਾਡਾ ਕਮ ਅਜ਼ ਕਮ 6 ਮਹੀਨੇ ਅਤੇ ਹੋ ਸਕਦਾ ਸਾਲ ਹੀ ਟਪਾ ਜੇ। ਇਹ ਪਿਆਜ਼ ਲਾਏ ਨੇ, ਇਹ ਪਿਆਜ਼ ਵੀ ਤਕਰੀਬਨ 3 ਮਰਲੇ 'ਚ ਲੱਗੇ ਨੇ, ਮੇਰਾ ਖਿਆਲ ਇਹ 6 ਮਹੀਨੇ ਦੀ ਜ਼ਰੂਰਤ ਲਾਜ਼ਮੀ ਪੂਰੀ ਕਰਦੇ ਨੇ। ਇਹ ਵੇਖਿਆ ਜੀ, ਇਹ ਮੈਂ ਸਵਾਦ 'ਤੇ ਲਿਆ ਕੇ ਪੌਦੇ ਲਾਏ ਨੇ ਵਿੱਚ ਮਿਕਸ ਨੇ, ਆੜੂ ਦੇ, ਜਾਪਾਨੀ ਫਲ, ਇਹਨਾਂ ਨੂੰ ਫੁੱਲ ਛੁੱਲ ਹੋਣ ਲੱਗਦੇ ਨੇ ਮੈਂ, ਅਤੇ ਇਹ ਇਨਸ਼ਾਅੱਲਾ ਦਰੁਸਤ ਹੋ ਜਾਏਗਾ ਕੰਮ। ਕੋਸ਼ਿਸ਼ ਕਰਨੀ ਚਾਹੀਦੀ ਹੈ, ਅਗਰ ਕਿਸੇ ਦੇ ਘਰ 'ਚ ਕੋਈ ਮਰਲਾ ਜਗ੍ਹਾ ਵੀ ਹੈ ਨਾ, ਅਤੇ ਉਹ ਕੱਚੀ ਰੱਖ ਕੇ ਅਤੇ ਉਹਦੇ ਵਿੱਚ ਜ਼ਰੂਰਤ ਦੀਆਂ ਸਬਜ਼ੀਆਂ ਤੁਸੀਂ ਜਿਹੜੀਆਂ ਨੇ ਉਹ ਲਾ ਕੇ ਅਤੇ ਉਹਨਾਂ 'ਤੇ ਫਾਇਦਾ ਲਓ। ਇਹ ਵੇਖਿਆ ਜੀ ਹੁਣ ਥੋਮ, ਧਨੀਆ ਮਾਸ਼ਾਅੱਲਾ, ਅਤੇ ਪੂਦਨਾ, ਇਹ ਪਿਆਜ਼ ਲੱਗਿਆ, ਇਹ ਮੈਂ ਸਵਾਦ 'ਤੇ ਲਿਆਉਂਦੇ ਪੌਦੇ, ਇਹ ਉਹ ਨੇ, ਇਹ ਸਾਰੇ ਹੀ ਉਹ ਨੇ, ਹੁਣ ਇਹ ਫੁੱਟਦੇ ਨੇ ਪਏ, 2 ਸਾਲ ਹੋ ਗਏ ਤਕਰੀਬਨ ਇਹਨਾਂ ਨੂੰ, ਦੂਸਰੇ ਸਾਲ ਵਿੱਚ ਨਹੀਂ, 2 ਮੁਕੰਮਲ ਨਹੀਂ ਹੋਏ। ਅਤੇ ਇਹ ਹੁਣ ਇਹ ਵੇਖਿਆ ਜੀ ਕਿਸੇ ਸੋਹਣੇ ਫੁੱਲ ਕੱਢਦੇ ਨੇ, ਇਹ ਵੇਖੋ ਇਹ ਫੁੱਟਦਾ ਵੀ ਹੈ ਪਿਆ, ਨਾਲ ਫੁੱਲ ਵੀ ਲੱਗੇ, ਫਲ ਵੀ ਲੱਗਦਾ ਪਿਆ ਨਾਲ। ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਅਤੇ ਹਰ ਬੰਦੇ ਨੂੰ ਚਾਹੀਦਾ, ਅਗਰ ਛੋਟਾ ਘਰ ਹੈ ਤਾਂ ਫਿਰ ਤਾਂ ਮਜਬੂਰੀ ਹੈ ਨਾ, ਅਗਰ ਘਰ ਵਿੱਚ ਗੁੰਜਾਇਸ਼ ਆਏ ਤਾਂ ਲਾਜ਼ਮੀ ਇਹ ਚੀਜ਼ਾਂ ਜਿਹੜੀਆਂ ਨੇ ਥੋੜ੍ਹੀਆਂ ਥੋੜ੍ਹੀਆਂ ਕਰਕੇ, ਅਗਰ ਮਹੀਨੇ ਦੀ ਵੀ ਉਹ ਸਬਜ਼ੀ ਘਰ ਉਗਾਉਣ 'ਚ ਪੈਦਾ ਕਾਮਯਾਬ ਹੋ ਜਾਏ ਨਾ, ਤਾਂ ਵੀ ਮੈਂ ਸਮਝਣਾ ਕਿ ਉਹ ਗੱਲ ਕਾਮਯਾਬ ਹੋ ਜਾਂਦਾ। ਇਹ ਵੇਖਿਆ ਜੇ ਹੁਣ ਫਲ ਲੱਗਿਆ ਇਹਨਾਂ ਨੂੰ, ਇਹ ਫਲ ਲੱਗਦਾ ਪਿਆ, ਇਹ ਵੇਖੋ ਕਿਸ ਤਰ੍ਹਾਂ ਗੁੱਛਿਆਂ ਦੇ ਗੁੱਛੇ ਫਲ ਲੱਗਦਾ। ਇਹ 1.5 ਸਾਲ ਦਾ ਬੂਟਾ, ਇਹਨਾਂ ਦੀ ਸਾਰੀ ਉਮਰ 1.5 ਸਾਲ ਹੋਈ। ਇਹ ਚੀਜ਼ ਮਹਿੰਗਾਈ ਨੂੰ ਕੁਝ, ਅਸੀਂ ਹਰ ਚੀਜ਼ ਜਦ ਬਾਜ਼ਾਰ 'ਚੋਂ ਖਰੀਦਾਂਗੇ ਅਤੇ ਡਿਮਾਂਡ ਜ਼ਿਆਦਾ ਹੋਵੇ ਦੀ, ਪੈਦਾਵਾਰ ਘੱਟ ਹੋਵੇ ਦੀ, ਤਾਂ ਸਾਰੇ ਉਹਦਾ ਰੇਟ ਜ਼ਿਆਦਾ ਵਧੇ ਦਾ। ਕੋਸ਼ਿਸ਼ ਕਰੋ, ਕੁਝ ਨਾ ਕੁਝ ਸਾਡੀਆਂ ਭੈਣਾਂ ਨੂੰ, ਧੀਆਂ ਨੂੰ ਚਾਹੀਦਾ ਕਿ ਆਪਣੇ ਘਰਾਂ ਦੇ ਵਿੱਚ ਕੋਈ ਥੋੜ੍ਹਾ ਥੋੜ੍ਹਾ ਕੋਸ਼ਿਸ਼ ਕਰਕੇ ਅਤੇ ਹਰ ਚੀਜ਼ ਨੂੰ ਪੈਦਾ ਕਰਨ ਦੀ ਕੋਸ਼ਿਸ਼ ਕਰੋ। ਕੋਸ਼ਿਸ਼ ਕਰਨੀ ਚਾਹੀਦੀ, ਅੱਲਾਹ ਤਾਲਾ ਕਾਮਯਾਬੀ ਦਿੰਦਾ। ਚਲੋ ਡੈਕੋਰੇਸ਼ਨ ਵੀ ਹੋ ਜਾਂਦੀ ਹੈ, ਵੇਖੋ ਹੁਣ ਖਾਲੀ ਜਗ੍ਹਾ ਪੀ ਗਈ ਅਤੇ ਇਹਦੇ ਨਾਲ ਖੂਬਸੂਰਤੀ ਵੀ ਆਏ ਅਤੇ ਚੀਜ਼ ਵੀ ਪੈਦਾ ਹੋ ਰਹੀ ਹੈ ਨਾਲ। ਓਕੇ ਜੀ, ਥੈਂਕ ਯੂ।